हेलो। हाँ जी, सत श्री अकाल जी सारे वीरां नूं। हाँ जी दोस्तों, आपां कनेडा पहुंचे हुए हैं इत्थे पिछले 1.5 साल तो। अज आपां वीडियो बना रहे हैं कनेडा दे उत्ते। असीं ब्रिटिश कोलंबिया दे विच पेंटिकटन शहर आ उत्थे आए हुए हैं वीकेंड मनाउण। ते इह जिस तरह होटल वगैरह वा, ते इधरली साइड ते बीच आ जांदी साशा बीच। इधरली साइड ते आपां रहिंदे पए आ, ਸਵਾਜੋ ਚੱਲਦੇ ਹਾਂ ਬੀਚ ਵਾਲੀ ਸਾਈਡ ਹੀ, ਦੇਖਦੇ ਹਾਂ ਕੀ ਮਾਹੌਲ ਚੱਲ ਰਿਹਾ ਉੱਥੇ। ਇਹ ਇੱਥੋਂ ਦੇ ਰੋਡ ਦਾ ਅਤੇ ਇੱਧਰਲੀ ਸਾਈਡ ਦਾ ਜਿਸ ਤਰ੍ਹਾਂ ਗਾਰਡਨ ਵਗੈਰਾ ਆ ਜਾਂਦਾ ਨਾਲ ਹੀ। ਇਹ ਆਪਾਂ ਸਾਈਡ ਵਾਕ ਜਿੱਦਾਂ ਕ੍ਰੋਸ ਕਰਨੀ ਹੁਣ ਸਟਰੀਟ 'ਤੇ ਸਿਗਨਲ ਜਿਹੜਾ ਉਹ ਨੱਪਾਂਗੇ। ਬਹੁਤ ਸੋਹਣੇ ਯਾਰ ਪਹਾੜ ਆ ਸਾਈਡਾਂ ਦੇ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ, ਅਤੇ ਬਿਲਕੁਲ ਸੈਂਟਰ ਦੇ ਵਿੱਚ ਇਹ ਸ਼ਹਿਰ ਵਸਿਆ। ਸੋਹਣਾ ਏਰੀਆ ਬਿਲਕੁਲ। ਕਿੰਨਾ ਸੋਹਣਾ ਏਰੀਆ ਇੱਧਰ, ਹੈ ਨਾ। ਇਹ ਫੁੱਲ ਵਗੈਰਾ ਇੱਧਰ ਲਗਾਉਂਦੇ, ਦਰਖਤ ਹੀ ਆ ਕੇ ਬੜੇ ਬੜੇ ਬਣ ਜਾਣੇ ਇਹਨਾਂ, ਹੈ। ਇਹ ਜਿਹੜਾ ਵਾ ਇੱਥੇ ਬਹੁਤ ਹੈਗੇ ਆ ਇੱਦਾਂ ਦੇ, ਇਹ ਆਪਾਂ ਮਤਲਬ ਕਿਤਾਬਾਂ ਵਿੱਚ ਰੱਖ ਦਿੰਦੇ ਵੀ ਪੜਿਆ ਪੜਿਆ ਵਧੀਆ ਯਾਦ ਉਹਦੀ ਯਾਦ ਆ ਰਿਹਾ। ਤੇ ਇਹ ਸਾਈਡ ਤੇ ਸ਼ੈਤੂਤ ਦੇ ਰੁੱਖ ਲਾਏ ਆ, ਇਹ ਗੋਲਾਂ ਵਗੈਰਾ ਲੱਗਣ ਦੀਆਂ ਹੁਣ ਇਸ ਟਾਈਮ ਤੇ ਇਹਨਾਂ ਨੂੰ। ਇਹ ਸ਼ੈਤੂਤ ਆ ਇੱਥੋਂ ਦਾ, ਹਰ ਇੱਕ ਚੀਜ਼ ਹੁੰਦੀ ਹੈ ਇੱਥੇ। ਮਤਲਬ ਪੱਤਝੜ ਹੋਣ ਅਜੇ ਸ਼ੁਰੂ ਹੋਈ ਆ, ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਫਰਵਰੀ ਮਹੀਨੇ ਸ਼ੁਰੂ ਹੁੰਦੀ ਆ। ਇਹ ਇੱਥੋਂ ਦਾ ਰੈਜੀਡੈਂਸ਼ੀਅਲ ਏਰੀਆ ਆ ਜਾਂਦਾ ਸਾਰਾ ਹੀ। ਇਹ ਇੱਕ ਇੱਕ ਘਰ 10-15 ਲੱਖ ਦੇ ਲਾਗੇ ਬੰਨੇ ਹੋਊਗਾ। ਛੋਟੇ ਛੋਟੇ ਘਰ ਆ, ਕੈਂਪਿੰਗ ਵਾਸਤੇ ਬਣਾਏ ਇਹਨਾਂ ਨੇ, ਛੋਟੀਆਂ ਫੈਮਲੀਆਂ, ਨਿਊਕਲੀਅਰ ਫੈਮਲੀ ਜਿਸ ਤਰ੍ਹਾਂ ਹੁੰਦੇ ਰਿਸ਼ਤੇ ਸਾਰੇ। ਇਹ ਕੈਂਪਿੰਗ ਵਾਸਤੇ ਬਣਾਈ ਇਹਨਾਂ ਨੇ ਬੋਟ, ਦੂਜੀ ਬੱਸ। ਇਹ ਗਾਰਡਨ ਆ ਗਿਆ ਅੱਗੇ, ਇਹ ਆਪਣਿਆਂ ਨੂੰ ਰੁੱਖ ਆ ਸ਼ੈਤੂਤ, ਇਹਨਾਂ ਦੇ ਨੇਟਿਵ ਟ੍ਰੀ ਆ ਯਾਰ। ਗਰੀਨਰੀ ਸੱਚੀ ਬਹੁਤ ਜ਼ਿਆਦਾ ਆ, ਬਾਰਿਸ਼ ਹੀ ਪੈ ਗਿਆ ਠੀਕ ਹੋਣਾ ਇਸ ਟਾਈਮ ਤੇ। ਮੁੰਡਾ ਤਾਂ ਪਹਾੜ ਤੇ ਜਾਣਾ ਮਾੜਾ ਜਿਹਾ, ਵੇਖ ਕੇ ਆਉਣਾ ਕਿੱਦਾਂ ਦਾ, ਦੇਖਦੇ ਹਾਂ ਕੀ ਬਣਦਾ। ਹੈਲੋ ਜੀ, ਆ ਕੈਨੇਡਾ ਦਾ ਛੱਪੜ ਆ ਗਿਆ ਇੱਥੇ। ਸੋਹਣਾ ਯਾਰ ਇਹਨਾਂ ਨੇ ਬਣਾਇਆ ਹੈ ਨਾ, ਜਿਹੜਾ ਬਾਰਿਸ਼ ਆ ਗਿਆ ਜਿਸ ਤਰ੍ਹਾਂ ਪਾਣੀ ਹੋਇਆ ਇੱਥੇ ਰਿਜ਼ਰਵ ਕੀਤਾ ਵਾ। ਇਹ ਯਾਰ ਰੁੱਖ ਕਾਹਦਾ, ਭੈਣ ਚੋਂ ਪੱਤੀਆਂ ਬਹੁਤ ਵਧੀਆ ਜੀ। ਪੰਛੀ ਵੀ ਹੈਗੇ ਆ, ਕੂਗਰਾ ਕਿਤੇ ਨਹੀਂ ਤੇ ਇੱਥੇ ਕੈਨੇਡਾ ਵਿੱਚ ਪੰਛੀ ਬਹੁਤ ਘੱਟ ਆ। ਇੱਧਰ ਦੀ ਸਾਈਡ 'ਤੇ ਰੈਜੀਡੈਂਸ਼ੀਅਲ ਏਰੀਆ ਵਾ ਨਾਲ ਹੀ। ਇੱਥੇ ਥੋੜ੍ਹਾ ਜਿਹਾ ਨਾ ਲੋਕੀ ਡਿਪਰੈਸ਼ਨ ਦੇ ਮਰੀਜ਼ ਆ, ਤਾਂ ਕਰਕੇ ਇੱਥੇ ਕੁੱਤੇ ਬਿੱਲੀਆਂ ਸਾਰਿਆਂ ਨੇ ਬਹੁਤ ਰੱਖੇ ਆ, ਕਿਉਂਕਿ ਜਨਮਾਂ ਤੁਹਾਨੂੰ ਪਤਾ ਦੋਸਤ ਵਫ਼ਾਦਾਰ ਹੁੰਦੇ ਆ। ਹੈ ਸੱਚਾਈ ਨਾ, ਹਾਂ ਇਹ ਸੱਚਾਈ ਆ ਇੱਥੋਂ ਦੀ। ਬਾਕੀ ਆਹ ਚੀਜ਼ ਵਧੀਆ ਲੱਗੀ ਯਾਰ, ਸਾਈਡਾਂ ਦੇ ਰੁੱਖ ਆ ਕਾਫ਼ੀ ਪੁਰਾਣੇ, ਅਤੇ ਵਿੱਚ ਜਿਸ ਤਰ੍ਹਾਂ ਰਿਜ਼ਰਵ ਵਗੈਰਾ ਇਹਨਾਂ ਨੇ ਰੱਖਿਆ ਆਪਣਾ ਬਾਰਿਸ਼ ਦਾ ਪਾਣੀ, ਨਾਲ ਹੀ ਰੈਜੀਡੈਂਸ਼ੀਅਲ ਏਰੀਆ ਇੱਧਰ ਨੂੰ ਸਾਈਡ 'ਤੇ। ਇਹ ਚੀਜ਼ ਕਹਿਣ ਲੱਗੀ ਆਓ ਜੀ, ਇਹ ਕੈਨੇਡਾ ਦੇ ਕਬੂਤਰ ਆਪਣੇ ਕਬੂਤਰਾਂ ਵਰਗੇ ਹੀ ਆ, ਉਹ ਉੱਧਰੋਂ ਤਾਂ ਨਹੀਂ ਉੱਡ ਗਿਆ ਇਹ। ਆਇਆ ਯਾਰ ਰਹਿਣ ਦੇ, ਇਹ ਚਿੜੀ ਇੱਥੋਂ ਦੀ। ਹਾਂ ਉਹ ਪਰਲੀ ਸਾਈਡ ਇੱਥੇ
ਬੱਚਿਆਂ ਦੇ ਖੇਡਣ ਵਾਸਤੇ ਆ ਸਾਰਾ ਇਹਨਾਂ ਨੇ ਬਣਾਇਆ। ਇਹ ਜਿਸ ਤਰ੍ਹਾਂ ਰੈਜੀਡੈਂਸ਼ੀਅਲ ਏਰੀਆ ਜਿੰਨਾ ਹੈਗਾ ਵਾ, ਨਾਲ ਨਾਲ ਇਹਨਾਂ ਦੇ ਵਾਸਤੇ ਆ ਇੱਧਰ ਸਹੂਲਤਾਂ ਸਾਰੀਆਂ। ਆਪਾਂ ਸ਼ਾਮ ਦੇ ਟਾਈਮ ਆਉਂਦੇ ਰਹੇ ਨਾ, ਅਸਲ ਮੋਰਨਿੰਗ ਟਾਈਮ ਤਾਂ ਵੱਖਰਾ ਨਹੀਂ ਰਹਿੰਦਾ। ਇੱਕ ਬਾਰਿਸ਼ ਪਈ, ਬਾਰਿਸ਼ ਨਾਲ ਬਹੁਤ ਜ਼ਿਆਦਾ ਫਰੈਸ਼ ਏਰੀਆ ਹੋ ਗਿਆ। ਆ ਗਈ ਜੀ ਸ਼ਾਖਾ ਲੇਕ, ਸ਼ਾਖਾ ਬੀਚ ਸੱਚ ਬੀਚ, ਪੈਂਟਿਕਟਨ ਪੈਂਟਿਕਟਨ ਕਲੋਨੇ ਵਾਲੀ ਸਾਈਡ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਇਹ ਇੱਕੋ ਇੱਕ ਬੀਚ ਐਸੀ ਆ ਜਿਹਦੇ ਦੋਨੇ ਪਾਸੇ ਪਹਾੜ ਆ ਅਤੇ ਵਿੱਚ ਬੀਚ ਆ, ਨਹੀਂ ਤਾਂ ਆਪਾਂ ਨੂੰ ਪਾਣੀ ਪਾਣੀ ਦਿਸਦਾ ਹੁੰਦਾ ਦੋਨੇ ਸਾਈਡ 'ਤੇ। ਬਟ ਇਹ ਬਹੁਤ ਵਧੀਆ ਨਜ਼ਾਰਾ ਇਧਰਲੀ ਸਾਈਡ, ਪਾਣੀ ਬਹੁਤ ਠੰਡਾ ਪਰ ਨਹਾ ਨਹੀਂ ਸਕਦੇ ਆਪਾਂ। ਪਾਣੀ ਬਹੁਤ ਸਾਫ ਆ, ਇਹ ਸਾਰਾ ਸਨੋਅ ਦਾ ਪਾਣੀ ਆ ਇੱਕ, ਅਤੇ ਜਿੰਨਾ ਵੀ ਇੱਥੇ ਕੈਨੇਡਾ ਦੇ ਵਿੱਚ ਸਪਲਾਈ ਹੁੰਦਾ ਸਾਰਾ ਪਾਣੀ, ਉਹ ਸਾਰੇ ਇਹਨਾਂ ਦੇ ਰਿਜ਼ਰਵਰ ਲਾਏ ਆ ਪਹਾੜੀਆਂ ਦੇ ਉੱਪਰ ਹੀ, ਉੱਥੋਂ ਸਾਰਾ ਘਰਾਂ ਨੂੰ ਸਪਲਾਈ ਹੁੰਦਾ ਵਾ। ਆਹ ਉੱਪਰ ਤੱਕ ਘਰ ਬਣਾਇਆ ਜਾਂਦਾ। ਨੋ ਡੋਗ ਔਨ ਬੀਚਿਸ, ਪਾਰਕਸ ਐਂਡ ਬੀਚਿਸ ਕਲੋਜ, ਕੈਂਪਿੰਗ ਨਹੀਂ ਕਰ ਸਕਦੇ। ਇਹ ਜਿਸ ਤਰ੍ਹਾਂ ਕੁਰਸੀਆਂ ਜਿਹਨੇ ਜਿਹਨੇ ਡੋਨੇਟ ਕੀਤੀਆਂ ਉਹਨਾਂ ਦੇ ਨਾਮ ਇੱਥੇ ਲਿਖੇ ਆ ਨਾਲ ਹੀ ਉਹਨਾਂ ਨੇ। ਇੱਥੇ ਅਪਾਰਟਮੈਂਟਾਂ ਤਾਂ ਹੈ ਹੀ ਆ, ਉਹ ਦਸ ਪੰਦਰਾਂ ਲੱਖ ਦੇ ਲਾਗੇ ਬੰਨੇ ਹੋਣਾ ਹੀ ਆ, ਦਸ ਪੰਦਰਾਂ ਲੱਖ ਦੇ ਕਿਵੇਂ। ਇਹ ਵਾਲੀਬਾਲ ਗਰਾਊਂਡ ਹੈ ਇੱਥੋਂ ਦੀ, ਜਦੋਂ ਕੈਂਪਿੰਗ ਵਗੈਰਾ ਕਰਨ ਆਉਂਦੇ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ, ਇੱਥੇ ਫਿਰ ਵਾਲੀਬਾਲ ਚੱਲਿਆ ਕਰੂਗਾ। ਨਾਲ ਹੀ ਸਾਹਮਣੇ ਬੀਚ ਆ,